ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾ ਦਿੱਤ ਸਖ ਸੈਨਾ ਪੰਜਾਬੀ ਖਬਰਾਂ ਵੇਖ ਰਿਹਾ ਆਪ ਸਭ ਦਾ ਸਵਾਗਤ ਕਰਦੇ ਹਾਂ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਅੱਜ ਦੇ ਹੈਡਲਾਈਨਸ ਤੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਜਦੋ ਦਹਿ ਜਾਰੀ 83ਵੇਂ ਦਿਨ ਵੀ ਚੱਲ ਰਿਹਾ ਹੈ ਕਿਸਾਨ ਆंदोलਨ ਕਿਸਾਨ ਕਾਨੂੰਨ ਵਾਪਸੀ ਦੀ ਮੰਗ ਤੇ ਹੈ 올 인디아 무슬림 퍼스널 로 보드 වලో ਕਿਸਾਨ ਅੰਦੋਲਨ ਨੂੰ ਹਮਾਇਤ مولانا ਨੌਮਨੀ ਨੇ ਕਿਹਾ ਕਿ ਸਾ ਸੰਘਰਸ਼ ਨਾਲ ਜਾਗੀ ਆਸੀ ਕਿਰ ਸਿਹਤ ਮੰਤਰੀ ਨੇ ਕੀਤਾ ਵੱਡਾ ਐਲਾਨ 50 ਸਾਲ ਤੋਂ ਬਾਅਦ ਉਮਰ ਦੇ ਲੋਕਾਂ ਨੂੰ ਮਾਰਸ਼ ਤੋਂ ਲੱਗੇਗਾ ਠੀਕਾ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅਜੇ ਵੀ ਦਿੱਲੀ ਦੇ ਸਰਹੱਦਾ ਦੇ ਡਟੇ ਹੋਏ ਨੇ ਆਪਣੇ ਹੱਕਾਂ ਦੀ ਲੜਾਈ ਅਤੇ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਦਿੱਲੀ ਦੇ ਗਾਜ਼ੀਪੁਰ, ਸਿੰਘੂ ਅਤੇ ਟਿਕਰੀ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਪਿਛਲੇ 83 ਦਿਨਾਂ ਤੋਂ ਡੇਰੇ ਲਗਾਏ ਹੋਏ ਨੇ ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨ ਰੱਦ ਕਰੇ ਅਤੇ ਘਟੋ ਘੱਟ ਸਮਰਥਨ ਮੁੱਲ ਤੇ ਗਰੰਟੀ ਕਾਨੂੰਨ ਬਣਾਵੇ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਹੈ ਇਸ ਵਿੱਚ ਸੋਧ ਲਈ ਤਿਆਰ ਹੈ ਪਰ ਕਿਸਾਨ ਜਿੱਤੇ ਅੜੇ ਹੋਏ ਨੇ ਕਿ ਖੇਤੀ ਕਾਨੂੰਨ ਰੱਦ ਹੀ ਹੋਣੇ ਚਾਹੀਦੇ ਨੇ ਉਦਰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਕੈਤ ਨੇ ਕਿਹਾ ਕਿ ਭਗਵਾਨ ਹਨੂਮਾਨ ਅਤੇ ਮਹਾਤਮਾ ਗਾਂਧੀ ਵੀ ਅੰਦੋਲਨ ਜੀਵੀ ਸਨ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਕਿਸਾਨਾਂ ਨਾਲ ਗੱਲਬਾਤ ਕਰੇ ਉਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਨਹੀਂ ਸੁੱਟਾਉਣਾ ਚਾਹੀਦਾ ਮੋਲਾਨਾ ਸਜਾਦ ਨੋਮਨੀ ਨੇ ਕਿਹਾ ਹੈ ਕਿ ਕਿਸਾਨਾਂ ਦਾ ਸੰਘਰਸ਼ ਦੇਸ਼ ਵਿੱਚ ਬੇਇਨਸਾਫੀ ਖਿਲਾਫ ਆਜ਼ਦੀ ਨਵੀਂ ਕਿਰਨ ਲੈ ਕੇ ਆਇਆ ਹੈ ਸਿੰਘੂ ਸਹਰਾ ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸੰਬੋਧਨ ਕਰਦੇ ਆਲ ਇੰਡੀਆ ਮੁਸਲਿਮ ਪਰਸਨਲ ਲਾ ਬੋਰਡ ਦੇ ਬੁਲਾ ਰਹੇ ਨੇ ਕਿਹਾ ਕਿ ਬਹੁਤ ਸਾਰੇ ਜਥੇਬੰਦੀਆਂ ਕਈ ਸਾਰਾਂ ਤੋਂ ਦੇਸ਼ ਦੇ ਲੋਕਾਂ ਨੂੰ ਬੇਇਨਸਾਫੀ ਸੰਬੰਧੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਅਤੇ ਇਹ ਅੰਦੋਲਨ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਆਜ਼ਦੀ ਨਵੀਂ ਕਿਰਨ ਲੈ ਕੇ ਆਇਆ ਹੈ ਨੋਮਨੀ ਨੇ ਕਿਹਾ ਕਿ ਤੁਹਾਡਾ ਤੇ ਤੁਹਾਡੀ ਲੀਡਰਸ਼ਿਪ ਦਾ ਧੰਨਵਾਦ ਜਿਸ ਨੇ ਮਹਿਸੂਸ ਕੀਤਾ ਕਿ ਹੱਦ ਤੋਂ ਹੱਦ ਹੋ ਗਈ ਹੈ ਤੇ ਹੁਣ ਤੁਹਾਡੀ ਆਵਾਜ਼ ਉਠਾਉਂਦਾ ਫੈਸਲਾ ਕੀਤਾ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਦੇਸ਼ ਵਿੱਚ ਹਨੇਰੇ ਦਾ ਦੌਰ ਖਤਮ ਹੋ ਰਿਹਾ ਹੈ ਇਨਸਾਫ ਹੁਣ ਬਹੁਤ ਹੀ ਦੂਰ ਨਹੀਂ ਹੈ ਇਸਲਾਮਿਕ ਸਕਾਲਰ ਆਪਣੇ YouTube ਚੈਨਲ ਰਾਹੀਂ ਲਗਾਤਾਰ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਨੇ ਉਨ੍ਹਾਂ ਕਿਹਾ ਕਿ ਦੇਸ਼ ਦੇ ਮੁਸਲਮਾਨ ਕਿਸਾਨਾਂ ਦੇ ਅੰਦੋਲਨ ਦੇ ਨਾਲ ਖੜੇ ਨੇ 26 ਜਨਵਰੀ ਨੂੰ ਲਾਲ ਕਿਰੇ ਤੇ ਝੰਡੇ ਦੀ ਘਟਨਾ ਤੋਂ ਬਾਅਦ ਜਿੱਥੇ ਚਰਚਾ ਵਿੱਚ ਆਏ ਜਗਰਾਜ ਸਿੰਘ ਵਾਂ ਤਾਰਾ ਸਿੰਘ ਦੇ ਘਰ ਪੱਤਰਕਾਰਾਂ ਦੀ ਟੀਮ ਪਹੁੰਚੀ ਤਾਂ ਉੱਥੇ ਜਗਰਾਜ ਸਿੰਘ ਦੀ ਮਾਸੀ ਅਤੇ ਪਿਤਾ ਬਲਦੇਵ ਸਿੰਘ ਦਾ ਰੋ ਰੋ ਕੇ ਬੁਰਾ ਹਾਲ ਸੀ ਜਿਨ੍ਹਾਂ ਦਾ ਕਹਿਣਾ ਸੀ ਕਿ ਸਾਡਾ ਬੇਟਾ ਜਗਰਾਜ ਸਿੰਘ 26 ਜਨਵਰੀ ਨੂੰ ਝੰਡਾ ਲਹਿਰਾ ਕੇ ਜਿੱਥੇ ਇਸ ਮੁਸੀਬਤ ਵਿੱਚ ਫਸ ਗਿਆ ਉਹਨਾਂ ਕੈਮਰੇ ਸਾਹਮਣੇ ਰੋ ਰੋ ਕੇ ਅਪੀਲ ਕੀਤੀ ਕਿ ਸਾਡੇ ਜਗਰਾਜ ਸਿੰਘ ਨੂੰ ਇੱਕ ਵਾਰ ਸਾਡੇ ਨਾਲ ਮਿਲਾਇਆ ਜਾਵੇ ਪਿੰਡ ਵਾਸੀ ਨੇ ਕਿਹਾ ਹੈ ਕਿ ਯੋਗਰਾਜ ਸਿੰਘ ਦਾ ਕੋਈ ਥੂ ਪਤਾ ਨਹੀਂ ਹੈ ਅਤੇ ਉਹ ਕਿੱਥੇ ਹੈ ਅਤੇ ਕਿਸ ਹਾਲਤ ਵਿੱਚ ਹੈ ਉਹਨਾਂ ਸਰਕਾਰ ਅਤੇ ਜਥੇਬੰਦੀਆਂ ਕੀ ਅਪੀਲ ਕੀਤੀ ਹੈ ਕਿ ਜਗਰਾਜ ਨੂੰ ਸੇ ਸਲਾਮਤ ਵਾਪਸ ਲਿਆਂਦਾ ਜਾਵੇ WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ جاری ਵਿਵਾਦ ਵਿਚਾਲੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਕੰਪਨੀ ਨੂੰ ਫਟਕਾਰ ਲਗਾਈ ਹੈ ਕੋਰਟ ਨੇ ਸਪਸ਼ਟ ਤੌਰ ਤੇ ਕਿਹਾ ਕਿ WhatsApp ਲਿਖਤੀ ਵਿੱਚ ਦੇਵੇ ਯੂਜ਼ਰਸ ਦਾ ਡਾਟਾ ਕਿਸੇ ਥਰਡ ਪਾਰਟੀ ਨਾਲ ਸ਼ੇਅਰ ਨਹੀਂ ਕੀਤਾ ਜਾਵੇਗਾ ਕੋਰਟ ਨੇ ਨਵੀਂ ਪ੍ਰਾਈਵੇਸੀ ਪਾਲਿਸੀ ਦੇ ਮਾਮਲੇ ਵਿੱਚ WhatsApp Facebook ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਫਿਲਹਾਲ ਇਸ ਮਾਮਲੇ ਦੀ ਅਗਲੀ ਸੁਣਵਾਈ 4 ਹਫ਼ਤੇ ਬਾਅਦ ਹੋਣੀ ਹੈ ਨਵੀਂ ਪ੍ਰਾਈਵੇਸੀ ਪਾਲਿਸੀ ਦੇ ਮਾਮਲੇ ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਕਿਹਾ ਕੀ ਹੋ ਸਕਦਾ ਹੈ ਕਿ ਤੁਹਾਡੀ ਕੰਪਨੀ ਦੀ ਕੀਮਤ 2 ਤੋਂ 3 ਟ੍ਰਿਲੀਅਨ ਹੋਵੇ ਪਰ ਯੂਜ਼ਰਸ ਦੀ ਨਿੱਜਤਾ ਦੀ ਕੀਮਤ ਇਸ ਤੋਂ ਕਿਤੇ ਵੱਧ ਹੈ ਕੋਰਟ ਨੇ ਕਿਹਾ ਹੈ ਕਿ ਲੋਕਾਂ ਦੀ ਨਿੱਜਤਾ ਦੀ ਸੁਰੱਖਿਆ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਅਦਾਲਤ ਨੇ WhatsApp ਅਤੇ Facebook ਨੂੰ ਨੋਟਿਸ ਜਾਰੀ ਕਰਕੇ ਉਸ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਪ੍ਰਤੀਕਿਰਿਆ ਮੰਗੀ ਦਿੱਲੀ ਮੁੱਖ ਮੰਤਰੀ ਅਰਵਿੰਗ ਕੇਜੀ ਵਾਲ ਦੀ ਧੀ ਨਾਲ ਠੱਗੀ ਕਰਨ ਦੇ ਦੋਸ਼ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਤਕਨੀਕੀ ਨਿਗਰਾਨੀ ਦੇ ਆਧਾਰ ਤੇ ਭਰਤਪੁਰ ਮਥਰਾ ਸਰਾਦ ਤੋਂ ਸਾਜਿਦ, ਕਪਿਲ ਅਤੇ ਮਨਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਾਜਿਦ ਹਰਿਆਣਾ ਦੇ ਨੂਹ ਦਾ ਰਹਿਣ ਵਾਲਾ ਹੈ ਜਦੋਂ ਕਿ ਕਪਿਲ ਅਤੇ ਮਨਵਿੰਦਰ ਮਥਰਾ ਦੇ ਰਹਿਣ ਵਾਲੇ ਨੇ ਪੁਲਿਸ ਅਨੁਸਾਰ ਮੁੱਖ ਦੋਸ਼ੀ ਵਾਰਿਸ ਹਾਲੇ ਵੀ ਫਰਾਰ ਹੈ ਮੁੱਖ ਮੰਤਰੀ ਦੀ ਧੀ ਤੋਂ ਇਨਾ ਚਾਰਾਂ ਵਿੱਚੋਂ ਇੱਕ ਨੇ 34000 ਰੁਪਏ ਦੀ ਠੱਗੀ ਮਾਰੀ ਹੈ ਦੋਸ਼ੀਆਂ ਨੇ ਇੱਕ ਈ-ਕਾਮਰਸ ਪਲੇਟਫਾਰਮ ਤੇ ਖਰੀਦਦਾਰ ਦੇ ਰੂਪ ਵਿੱਚ ਮੁੱਖ ਮੰਤਰੀ ਦੀ ਧੀ ਨਾਲ ਸੰਪਰਕ ਕੀਤਾ ਸੀ ਜਿਨ੍ਹਾਂ ਨੇ ਇੱਕ ਸੋਫਾ ਵਿਕਰੇ ਲਈ ਇਸ ਮੰਚ ਤੇ ਪਾਇਆ ਸੀ ਅਧਿਕਾਰੀ ਨੇ ਖਿਆਲ ਕੀਤਾ ਕਿ ਤਿੰਨੋਂ ਦੋਸ਼ੀ ਕਮਿਸ਼ਨ ਲਈ ਚੌਥੇ ਦੋਸ਼ੀ ਵਾਰਿਸ ਲਈ ਕੰਮ ਕਰਦੇ ਸਨ ਮਨਜਿੰਦਰ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ਤੇ ਕਪਿਲ ਅਤੇ ਸਾਜਿਦ ਲਈ ਬੈਂਕ ਖਾਤੇ ਖੁਲਵਾਏ ਜਿਸ ਲਈ ਉਸ ਨੂੰ ਕਮਿਸ਼ਨ ਮਿਲਿਆ ਹੈ ਠੱਗੀ ਗਈ ਰਾਸ਼ੀ ਵਾਰਿਸ ਦੇ ਖਾਤੇ ਵਿੱਚ ਭੇਜੀ ਗਈ ਹੈ ਪੰਜਾਬ ਦੇਸ਼ ਦੇ ਉਹਨਾਂ ਰਾਜਾਂ ਵਿੱਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਨੇ ਵਨ ਨੇਸ਼ਨ ਵਨ ਰਾਸ਼ਨ ਕਾਰਡ ਰਿਫੋਰਮ ਪ੍ਰਣਾਲੀ ਨੂੰ ਸਫਲਤਾ ਪੂਰਵਕ ਪੂਰਾ ਕਰ ਲਿਤਾ ਹੈ ਇਸ ਪ੍ਰਣਾਲੀ ਤੋਂ ਬਾਅਦ ਪੰਜਾਬ ਓਪਨ ਮਾਰਕੀਟ ਤੋਂ 15-16 ਕਰੋੜ ਰੁਪਏ ਦਾ ਅਧਿਕ ਕਰਜ਼ਾ ਲੈਣ ਦੇ ਯੋਗ ਹੋ ਜਾਵੇਗਾ ਕੇਂਦਰ ਵਿੱਤ ਮੰਤਰਾਲੇ ਵੱਲੋਂ ਦਿੱਤੇ ਗਏ ਪ੍ਰਬੰਧ ਤਹਿਤ ਹੁਣ ਪੰਜਾਬ ਆਪਣੀਆਂ ਵਿੱਤੀ ਜ਼ਰੂਰਤਾਂ ਪੂਰੀਆਂ ਕਰਨ ਦੇ ਜ਼ਿਆਦਾ ਯੋਗ ਹੋਵੇਗਾ ਹੁਣ ਤੱਕ કુલ 13 ਰਾਜਾਂ ਨੇ ਵਨ ਨੇਸ਼ਨ ਵਨ ਰਾਸ਼ਨ ਕਾਰਡ ਸਿਸਟਮ ਰਿਫੋਰਮ ਦੀ ਪ੍ਰਕਿਰਿਆ ਪੂਰੀ ਕੀਤੀ ਹੈ ਪੰਜਾਬ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਕਰਨਾਟਕ ਮੱਧ ਪ੍ਰਦੇਸ਼ ਤਾਮਿਲਨਾਡੂ ਗੋਆ ਗੁਜਰਾਤ ਹਰਿਆਣਾ ਰਾਜਸਥਾਨ ਕੇਰਲ ਤਿਰਪੁਰਾ ਉੱਤਰ ਪ੍ਰਦੇਸ਼ ਅਤੇ ਤੇਲਗਾਨਾ ਹੀ ਅਜੇ ਰਾਜ ਨੇ ਜਿਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ ਇਸ ਪ੍ਰਣਾਲੀ ਤੋਂ ਬਾਅਦ ਇਹ 13 ਰਾਜ ਓਪਨ ਮਾਰਕੀਟ ਤੋਂ 34956 ਕਰੋੜ ਰੁਪਏ ਦਾ ਵਾਧੂ ਕਰਜ਼ਾ ਲੈਣ ਦੇ ਯੋਗ ਨੇ ਅਮਰੀਕਾ ਸਰਕਾਰੀ ਮੈਡੀਕਲ ਕਾਲਜ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਉਹ ਪ੍ਰਕਾਸ਼ ਸੋਨੀ ਵੱਲੋਂ ਮੈਡੀਕਲ ਕਾਲਜ ਵਿਖੇ ਰਿਵਿਊ ਮੀਟਿੰਗ ਕੀਤੀ ਗਈ ਸੋਨੀ ਨੇ ਮੈਡੀਕਲ ਕਾਲਜ ਵਿਖੇ ਚੱਲ ਰਹੇ ਵਿਕਾਸ ਕਾਦਾ ਦਾ ਜ਼ਾਇਜ਼ਾ ਲੈਂਦਿਆਂ ਕਿਹਾ ਕਿ ਅੰਮ੍ਰਿਤਸਰ ਵਿਖੇ 120 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਦਾ 80% ਤੋਂ ਜ਼ਿਆਦਾ ਕੰਮ ਮੁਕੰਮਲ ਕਰ ਲਿਆ ਗਿਆ ਅਤੇ 30 ਜੂਨ 2021 ਤੱਕ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਇੰਸਟੀਚਿਊਟ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਪੀਜੀਆ ਜਾਂ ਦਿੱਲੀ ਜਾਣ ਦੀ ਕੋਈ ਲੋੜ ਨਹੀਂ ਪਵੇਗੀ ਉਨਾ ਕਿਹਾ ਕਿ ਇਸ ਇੰਸਟੀਚਿਊਟ ਵਿੱਚ ਆਧੁਨਿਕ ਮਸ਼ੀਨਾਂ ਸਥਾਪਿਤ ਕੀਤੀ ਜਾਣਗੀਆਂ ਅਤੇ ਹਰ ਕਿਸਮ ਦੇ ਟੈਸਟ ਕਰਨ ਦੀ ਸਹੂਲਤ ਵੀ ਹੋਵੇਗੀ। ਡਿਪਾਰਟਮੈਂਟ ਸਾਰੇ ਬਲਾ ਸੋ ਅੱਜ ਵੀ ਮੀਟਿੰਗ ਕੀਤੀ ਹੈ ਸਾਡੇ ਪ੍ਰਿੰਸੀਪਲ ਸੈਕਟਰੀ ਉਹ ਵੀ ਆਏ ਨੇ ਇਸ ਮੀਟਿੰਗ 'ਚ ਸੋ ਸਾਡੇ ਕਮਿਸ਼ਨਰ ਪਲੇਸ ਵੀ ਬੈਠੇ ਨੇ ਡਿਪਟੀ ਕਮਿਸ਼ਨਰ ਵੀ ਸਾਰੇ ਅਜਜ਼ੀਆ ਡਾਉਟੀ ਡਿਪਾਰਟਮੈਂਟ ਸਾਰੇ ਬੁਲਾਏ ਸੀ ਜਿੱਦਿਆਂ ਵੀ ਕੋਈ ਮੁਸ਼ਕਲ ਆਣੀ ਚਾਹੇ ਮੈਡੀਕਲ ਕਾਲਜਿਆਂ ਨੇ ਚਾਹੇ ਸਾਡੇ ਹਸਪੀਟਲ ਦੀਆਂ ਨੇ ਅਸੀਂ ਉਹਨਾਂ ਪਰ ਅੱਜ ਰਿਵਿਊ ਕੀਤਾ ਸੋ ਭਾਈ ਤੇ ਨਵਾ ਤੁਹਾਨੂੰ ਪਤਾ ਭਾਈ ਤੇ ਸੈਸ਼ਨ ਆਉਣ ਲੱਗਲੇ ਸਾਲ ਸ ਜਿਹੜੀਆਂ ਕੋਈ ਡਿਵੈਲਪਮੈਂਟ ਲਈ ਜਾਂ ਹੋਰ ਕੰਮਾਂ ਲਈ ਪ੍ਰਿੰਸ ਜੀ ਨਾਲ ਰੱਖੀਆਂ ਹੋਈਆਂ ਨੇ ਉਹ ਅਸੀਂ ਅੱਜ ਡਿਸਕਸ ਕੀਤੀਆਂ ਨੇ ਕੇਂਦਰ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ بڑا ਐਲਾਨ ਕੀਤਾ ਹੈ ਉਹਨਾਂ ਕਿਹਾ ਕਿ 50 ਸਾਲ ਤੋਂ ਉੱਪਰ ਦੇ ਨਾਗਰਿਕਾਂ ਨੂੰ ਮਾਰਚ ਤੋਂ ਵੈਕਸੀਨ ਲੱਗਣੀ ਸ਼ੁਰੂ ਹੋ ਜਾਵੇਗੀ ਉਹਨਾਂ ਕਿਹਾ ਕਿ 7 ਦਿਨਾਂ ਵਿੱਚ 188 ਜ਼ਿਲ੍ਹੇ ਵਿੱਚ ਕਰੋਨਾ ਦਾ 21ਵਾਂ ਮਾਮਲਾ ਸਾਹਮਣੇ ਨਹੀਂ ਆਇਆ ਹਰਸ਼ਵਰਧਨ ਨੇ ਕਿਹਾ ਕਿ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਕਰੋਨਾ ਹਾਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ ਸਿਹਤ ਮੰਤਰੀ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਕੋਰੋਨਾ ਦੇ ਹਰ ਨਿਯਮ ਦਾ ਪਾਲਣ ਕਰਨਾ ਹੋਵੇਗਾ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਦੋ ਟੀਕੇ ਉਪਲਬਧ ਨੇ 80 ਤੋਂ 85 ਲੱਖ ਸਿਹਤ ਕਰਮੀਆਂ ਤੇ ਫਰੰਟ ਲਾਈਨ ਵਰਕਰਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ ਉੱਤੇ ਹੀ ਉਨ੍ਹਾਂ ਨੇ ਸਰਕਾਰ ਦੀ ਉਪਲਬਧੀ ਦੱਸਦੇ ਹੋਏ ਕਿਹਾ ਕਿ ਅਸੀਂ 25 ਦੇਸ਼ਾਂ ਵਿੱਚ ਵੈਕਸੀਨ ਦੇਣ ਦੀ ਸਥਿਤੀ ਵਿੱਚ ਆ ਗਏ ਹਾਂ ਸੋਨਰ ਹਲਕੇ ਵਿੱਚ ਵਿੰ데요 ਪਿੰਡ ਪਾਮਬਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪੰਜ ਅਧਿਆਪਕ ਕੋਰੋਨਾ ਪੋਜ਼ੀਟਿਵ ਪਾਏ ਗਏ ਨੇ ਅਧਿਆਪਕਾਂ ਦੇ ਕੋਰੋਨਾ ਰਿਪੋਰਟ ਪੋਜ਼ੀਟਿਵ ਹੋਣ 'ਤੇ ਸਕੂਲ ਬੰਦ ਕਰ ਦਿੱਤਾ ਗਿਆ ਇਸ ਦੀ ਪੁਸ਼ਟੀ ਕਰਦਾ ਜ਼ਿਲ੍ਹਾ ਸਿੱਖਿਆ ਅਫਸਰ ਹਰਵਿੰਦਰ ਕੌਰ ਨੇ ਕਿਹਾ ਹੈ ਕਿ ਕੁੱਲ 5 ਅਧਿਆਪਕ ਪੋਜ਼ੀਟਿਵ ਪਾਏ ਗਏ ਨੇ ਉਨ੍ਹਾਂ ਕਿਹਾ ਹੈ ਕਿ ਇਸ ਮਾਮਲੇ ਵਿੱਚ ਸਿਹਤ ਵਿਭਾਗ ਅਤੇ ਦੇਸ਼ ਨਿਰਦੇਸ਼ਾਂ ਮੁਤਾਬਕ ਅੱਗੇ ਦੀ ਕਾਰਵਾਈ ਕਰ ਰਿਹਾ ਹੈ ਉਨਾ ਕਿਹਾ ਕਿ ਸਕੂਲ ਹਾਲ ਦੀ ਕੜੀ ਵਿੱਚ ਬੰਦ ਕਰ ਦਿੱਤਾ ਗਿਆ ਅਧਿਆਪਕਾਂ ਦੇ ਕਰੋਨਾ ਪੋਜ਼ਿਟਿਵ ਪਾਇਆ ਜਾਣ ਮਗਰੋਂ ਮਾਪਿਆਂ ਅਤੇ ਬੱਚਿਆਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਦੇ ਵਿੱਚ ਜਿਹੜਾ ਹੈਗਾ ਪਟਿਆਲਾ ਜ਼ਿਲ੍ਹੇ ਦੇ ਸੀਐਮਓ ਸਾਹਿਬ ਵੱਲੋਂ ਮਤਲਬ ਸਕੂਲਾਂ ਦੇ ਸ਼ਡਿਊਲ ਦਿੱਤੇ ਗਏ ਸੀ ਜਿਸ ਦੇ ਵਿੱਚ ਜਿਹੜਾ ਹੈਗਾ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਦੇ ਟੈਸਟ ਹੋਏ ਸੀਗੇ ਸੈਟਰਡੇ ਨੂੰ ਮੈਨੂੰ ਪਤਾ ਲੱਗਿਆ ਸੀ ਕਿ ਉਹਨਾਂ ਦੇ ਵਿੱਚੋਂ ਇੱਕ ਅਧਿਆਪਕ ਜਿਹੜਾ ਹੈਗਾ ਪੋਜ਼ਿਟਿਵ ਆਇਆ ਹੈ ਔਰ ਮੈਂ ਕਹਿਤਾ ਸੀ ਕਿ ਉਹਨੂੰ ਤੁਰੰਤ ਛੁੱਟੀ ਕਰ ਦਿੱਤੀ ਜਾਵੇ ਤੇ ਦੂਜਿਆਂ ਦੇ ਟੈਸਟ ਕਰਵਾਏ ਜਾਣ ਤੇ ਉਸ ਦੇ ਵਿੱਚੋਂ ਕਾਫੀ ਟੀਚਰਸ ਦੇ ਜਿਹੜੇ ਸੀਗੇ ਟੈਸਟ ਹੋ ਚੁੱਕੇ ਸੀ ਜਿਹਦੇ ਵਿੱਚੋਂ ਮੈਨੂੰ ਹੁਣੇ-ਹੁਣੇ ਹੀ ਪਤਾ ਲੱਗਿਆ ਹੈ ਕਿ ਲਗਭਗ ਚਾਰ ਅਧਿਆਪਕ ਹੋਰ ਜਿਹੜੇ ਨੇ ਪੋਜ਼ਿਟਿਵ ਆਏ ਨੇ ਤੇ ਸੀਐਮਓ ਪਟਿਆਲਾ ਦੇ ਨਾਲ ਇਸ ਸੰਬੰਧੀ ਜਿਹੜੀ ਸੀ ਗੱਲਬਾਤ ਕੀਤੀ ਗਈ ਜਿਸ ਦੇ ਅਨੁਸਾਰ ਉਹਨਾਂ ਨੇ 48 ਘੰਟੇ ਲਈ ਸਕੂਲ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ ਔਰ ਬਾਕੀ ਜਿਹੜੇ ਸਟਾਫ ਹੈ ਉਹਨਾਂ ਦੇ ਵੀ ਜਿਹੜਾ ਹੈਗਾ ਟੈਸਟ ਕਰਾਉਣ ਲਈ ਕਿਹਾ ਗਿਆ ਸਿੱਖਾਂ ਦੇ 10ਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬੀ ਸਿੰਘ ਜੀ ਦੇ ਵਿਆਹ ਪੂਰਵ ਦੀ ਵਰੇਗੰਡ ਮੌਕੇ ਗੁਰਦੁਆਰਾ ਪੋਰਾ ਸਾਈ ਵਿਕੇ ਨਗਰ ਕੀਰਤਨ ਸਜਾਏ ਗਏ ਇਸ ਦੌਰਾਨ ਗੁਰਦੁਆਰਾ ਗੁਰੂ ਕਾ ਮਹਿਲ ਤੋਂ ਬਰਾਤ ਦੇ ਰੂਪ ਵਿੱਚ ਨਗਰ ਕੀਰਤਨ ਸਜਾਏ ਗਏ ਅਤੇ ਗੁਰਦੁਆਰਾ ਸਹਿਰਾ ਸਾਈ ਵਿਕੇ ਸਮਾਪਤ ਹੋਏ ਨੇ ਇਸ ਮੌਕੇ ਵੱਡੀ ਗਿਣਤੀ ਸਿੱਖ ਸੰਗਤਾਂ ਸ਼ਮਿਲਿਤ ਕੀਤੀ ਇਸ ਮੌਕੇ ਤੱਕ ਸ੍ਰੀ ਕੇਚਗੜ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਸ਼ਮਿਲਿਤ ਕੀਤੀ ਸੈਵਿਕ ਮਾਹੌਲ ਖਲਕੀ ਤਰ ਦੁਸ਼ਪੇਸ਼ ਪਤਾ ਮਹਾਰਾਜ ਜੀ ਦਾ ਪਾਵਨ ਵਿਆਹਪੁਰਬ ਜੋ ਕਿ ਇਸ ਧਰਤੀ ਤੇ ਬਹੁਤ ਹੀ ਸ਼ਰਧਾ ਤੇ ਚਾਅ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਔਰ ਇਸੇ ਹੀ ਸੰਬੰਧ ਵਿੱਚ ਅੱਜ ਬਰਾਤ ਰੂਪੀ ਨਗਰ ਕੀਰਤਨ ਗੁਰਦੁਆਰਾ ਪੋਰਾ ਸਾਹਿਬ ਗੁਰੂ ਕੇ ਮਹਿਲ ਸ਼੍ਰੀ ਅਨੰਦਪੁਰ ਸਾਹਿਬ ਜੀ ਤੋਂ ਆਰੰਭ ਹੋ ਚੁੱਕਾ ਹੈ ਜੋ ਅੱਜ ਸ਼ਾਮ ਤੱਕ ਗੁਰੂ ਕੇ ਲਾਹੌਰ ਵਿਖੇ ਪਹੁੰਚ ਕੇ ਸੁਲਪਣ ਹੋਵੇਗਾ ਔਰ ਬਹੁਤ ਵੱਡੀ ਗਿਣਤੀ ਵਿੱਚ ਹਜ਼ਾਰਾਂ ਦੇ ਗਿਣਤੀ ਉਹ ਸੰਗਤਾਂ ਅੱਜ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਦੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਰਹੀਆਂ ਨੇ ਔਰ ਕੱਲ ਨੂੰ ਗੁਰੂ ਸਾਹਿਬ ਦਾ ਜਿਹੜਾ ਆਨੰਦ ਕਾਰਜ ਹੈ ਉਹ ਦਿਵਸ ਗੁਰਦੁਆਰਾ ਗੁਰੂ ਖੇਲਹੌਰ ਵਿਖੇ ਬਹੁਤ ਇਸ਼ਰਦਾ ਦੇ ਨਾਲ ਮਨਾਇਆ ਜਾਣਾ ਹੈ ਸਮੁੱਚੀਆਂ ਇਹ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਔਰ ਸਾਰਿਆਂ ਨੂੰ ਹੀ ਸਤਿਗੁਰਾਂ ਦੇ ਵਿਆਹ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਕਸਬਾ ਕੁਮਾਨ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਬਾਬਾ ਨਾਮਦੇਵ ਜੀ ਦੇ ਸੀਨੀਅਰ ਸੈਕੰਡਰੀ ਸਕੂਲ ਕੁਮਾਨ ਦੇ 12ਵੀਂ ਕਲਾਸ ਵਿੱਚ ਪੜ੍ਹਦੇ ਵਿਦਿਆਰਥੀ ਨੂੰ ਸਕੂਲ ਦੇ ਗੇਟ ਬਾਹਰ ਨੌਜਵਾਨਾਂ ਵੱਲੋਂ ਤੇਜ਼ ਸਰ ਹਥਿਆਰਾਂ ਦੇ ਨਾਲ ਪੂਰੀ ਤਰ੍ਹਾਂ ਵਟ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਸ਼ਿਬਰਨਜੀਤ ਸਿੰਘ ਅਤੇ ਹਰਮਨਦੀਪ ਸਿੰਘ ਵਾਸੀ ਪਿੰਡ ਛੈਲਵਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਮਾਨ ਵਿਖੇ ਪੜ੍ਹਦੇ ਸਨ ਸਿਮਰਨਜੀਤ ਸਿੰਘ 12ਵੀਂ ਕਲਾਸ ਦਾ ਪੇਪਰ ਦੇਣ ਸਕੂਲ ਆਇਆ ਸੀ ਜਦੋਂ ਪੇਪਰ ਦੇ ਕੇ ਆਪਣੀ 9ਵੀਂ ਕਲਾਸ ਵਿੱਚ ਪੜ੍ਹਦੇ ਭਰਾ ਨਾਲ ਸਕੂਲ ਦੇ ਗੇਟ ਤੋਂ ਬਾਹਰ ਆਇਆ ਤਾਂ ਪਹਿਲਾਂ ਤਾਂ ਉੱਥੇ ਖੜੇ ਨੌਜਵਾਨਾਂ ਵੱਲੋਂ ਸਿਮਰਨਜੀਤ ਸਿੰਘ ਉੱਪਰ ਤੀਰਸਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਸਿਮਰਨਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਹਰਮਨਦੀਪ ਸਿੰਘ ਨੇ ਦੌੜ ਕੇ ਆਪਣੀ ਜਾਨ ਬਚਾਈ ਜ਼ਖਮੀ ਸਿਮਰਨਜੀਤ ਸਿੰਘ ਨੂੰ ਸਕੂਲ ਦੇ ਅਧਿਆਪਕਾਂ ਵੱਲੋਂ ਸਰਕਾਰੀ ਹਸਪਤਾਲ ਕੁਮਾਨਵੀਂ ਕੇ ਲਈ ਜਾਣ ਲੱਗਾ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਅੰਮ੍ਰਿਤਸਰ ਵਿਖੇ ਰਿਕਾਰਡ ਕਰ ਦਿੱਤਾ ਗਿਆ ਰਸਤੇ ਵਿੱਚ ਜ਼ਖਮਾਂ ਦੇ ਤਾਪ ਨਾ ਝੁਲਦਿਆਂ ਹੋਇਆਂ ਸਿਮਰਨਜੀਤ ਸਿੰਘ ਦੀ ਮੌਤ ਹੋ ਗਈ ਪੂਰੇ ਸੋਲ ਇਸ ਮਾਮਲੇ ਦੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ आईएनएस ਦੇ ਸਾਬਕਾ ਪ੍ਰਧਾਨ ਤੋਹੀਨ ਕਾਂਤੀ ਕੋਸ਼ ਦਾ ਜਿਨ੍ਹਾਂ ਦਾ ਬੀਤੇ ਬੁੱਧਵਾਰ ਨੂੰ ਕੋਲਕਾਤਾ ਵਿਖੇ ਦਿਹਾਂਤ ਹੋ ਗਿਆ ਸੀ ਦੇ ਸਵਰਗਵਾਸ ਹੋਣ ਤੇ ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਵੱਲੋਂ ਪ੍ਰਧਾਨ ਐਲ ਆਜਮੂ ਆ ਕੀ ਹੈ INS ਦੇ ਸਾਥਕਾ ਪ੍ਰਧਾਨ ਤੋਹੀਨ ਕਾਂਤੀ ਕੋਸ਼ ਜਿਨ੍ਹਾਂ ਦਾ ਬੀਤੇ ਬੁੱਧਵਾਰ ਨੂੰ ਕੋਲਕਾਤਾ ਵਿਖੇ ਇਤਿਹਾਸ ਹੋ ਗਿਆ ਸੀ ਦੇ ਸਵਰਗਵਾਸ ਹੋਣ ਤੇ ਇੰਡੀਆ ਨਿਊਜ਼ਪੇਪਰ ਸੁਸਾਇਟੀ ਵੱਲੋਂ ਪ੍ਰਧਾਨ ਐਲ ਆਦੀ ਮੂਲਨ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਇਥੇ ਇਹ ਵੀ ਗੱਲ ਦੱਸ ਦਈਏ ਕਿ ਸ਼੍ਰੀ ਕੋਸ਼ ਪ੍ਰਿੰਟ ਮੀਡੀਆ ਉਦਯੋਗ ਦੀ ਨਾਮਵਰ ਸ਼ਖਸੀਅਤ ਸਨ ਕੋਸ਼ ਵੱਲੋਂ ਭਾਰਤੀ ਮੀਡੀਆ ਨੂੰ ਸਰਕਾਰ ਵੱਲੋਂ ਪ੍ਰੈਸ ਦੀ ਆਜ਼ਾਦੀ ਤੇ ਨਕੇਲ ਲਗਾਉਣ ਲਈ ਬਣਾਏ ਗਏ ਕਾਨੂੰਨਾਂ ਵਿਰੁੱਧ ਆਵਾਜ਼ ਚੁਕਣ ਲਈ ਅਹਿਮ ਭੂਮਿਕਾ ਨਿਭਾਈ ਗਈ ਸੀ ਫਿਲਹਾਲ ਖਬਰਾਂ ਚ ਐਨਾ ਹੀ ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਦੇ ਲਈ ਤੁਸੀਂ ਬਣੋ 24 ਘੰਟੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ